हेलो हाय सुशीकाल, मैं हूं वानी ते मैं हूं मनप्रीत एंड वेलकम टू आवर चैनल द विंकुअर जोड़ी। असी ये वीडियो स्पेसिफिकली इस पर्पस वास्ते बना रहे हां क्योंकि असी अपने YouTube चैनल दा विजन ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦੇ ਆ। ਜਦੋਂ ਅਸੀਂ ਇਹ YouTube ਚੈਨਲ ਸਟਾਰਟ ਕੀਤਾ ਉਸ ਟਾਈਮ ਤੇ ਅਸੀਂ ਸੋਚ ਰਹੇ ਸੀ ਕਿ ਬਹੁਤ ਸਾਰੀ ਇਦਾਂ ਦੀ ਚੀਜ਼ਾਂ ਸੀ, ਬਹੁਤ ਸਾਰੀ ਡਿਫਿਕਲਟੀਜ਼ ਸੀ ਜੋ ਅਸੀਂ ਐਜ਼ ਅ ਸਟੂਡੈਂਟ ਹੁੰਦੇ ਹੋਏ ਫੇਸ ਕੀਤੀਆਂ। ਉਹ ਡਿਫਿਕਲਟੀਜ਼ ਦੇ ਥਰੂ ਜਾਂਦੇ ਹੋਏ ਅਸੀਂ ਇਹ ਸੋਚ ਰਹੇ ਸੀ ਕਿਉਂ ਨਾ ਇਹ ਸਾਰੀਆਂ ਚੀਜ਼ਾਂ ਤੁਹਾਡੇ ਨਾਲ ਸ਼ੇਅਰ ਕੀਤੀਆਂ ਜਾਣ। ਹੁਣ ਤੁਸੀਂ ਸੋਚੋ ਕਿ ਕਿਹੜੀ ਡਿਫਿਕਲਟੀਜ਼ ਦੀ ਆਪਾਂ ਗੱਲਾਂ ਕਰ ਰਹੇ ਹਾਂ, ਜਿੱਦਾਂ ਕਿ ਏਅਰ ਟਿਕਟਸ ਬੁੱਕ ਕਰਨਾ, ਇੱਥੇ ਕੈਨੇਡਾ 'ਚ ਲੈਂਡ ਕਰਨਾ, ਸਟੱਡੀ ਪਰਮਿਟ ਲੈਣਾ, ਆਪਣਾ ਕੋਰਸਿਸ ਨੂੰ ਕੰਪਲੀਟ ਕਰਨਾ, ਆਪਣੀ ਜੋਬ ਵਾਸਤੇ ਅਪਲਾਈ ਕਰਨਾ, ਇਹੋ ਜਿਹੀ ਸਾਰੀ ਚੀਜ਼ਾਂ ਬਾਰੇ ਅਸੀਂ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੇ ਹਾਂ। ਇਸ ਤੋਂ ਇਲਾਵਾ ਹੋਰ ਵੀ, ਜਦੋਂ ਤੁਸੀਂ ਕੈਨੇਡਾ 'ਚ ਲੈਂਡ ਹੁੰਦੇ ਹੋ ਤੁਸੀਂ ਇੱਥੇ ਆਪਣਾ ਹਾਊਸਿੰਗ ਦੇਖਣੀ ਹੈ, ਤੁਸੀਂ ਇੰਡੀਆ 'ਚ ਬੈਠੇ ਬੈਠੇ ਇੱਥੇ ਹਾਊਸਿੰਗ ਕਿੱਦਾਂ ਦੇਖੋ, ਕਿੱਦਾਂ ਉਸ ਚੀਜ਼ ਨੂੰ ਤੁਸੀਂ ਸਰਚ ਕਰੋ, ਉਹਦਾ ਸਿਕਿਉਰਿਟੀ ਡਿਪੋਜ਼ਿਟ ਦੇਣਾ ਹੈ ਜਾਂ ਨਹੀਂ ਦੇਣਾ ਹੈ, ਕਿੱਦਾਂ ਤੁਸੀਂ ਆਪਣੇ ਰੂਮਮੇਟਸ ਅਤੇ ਪਾਰਟਨਰਸ ਲੱਭ ਸਕਦੇ ਹੋ, ਕਿੱਦਾਂ ਇੱਥੇ ਆ ਕੇ ਆਪਣੇ ਕੋਰਸਿਸ ਜੁਆਇਨ ਕਰ ਸਕਦੇ ਹੋ, ਕੋਰਸ ਕੰਪਲੀਟ ਕਰਨ ਦਾ ਸੌਖਾ ਤਰੀਕਾ, ਕੋਈ ਅਸਾਈਨਮੈਂਟ ਹੈਲਪ ਜੋ ਤੁਹਾਨੂੰ ਚਾਹੀਦੀ ਹੋਏ, ਕੋਈ ਵੀ ਬੇਸਿਕ ਹੈਲਪ ਜੋ ਤੁਹਾਨੂੰ ਵਰਕ ਪਰਮਿਟ ਦੇ ਰਿਲੇਟਡ ਜਾਂ ਤੁਹਾਨੂੰ ਆਪਣੇ ਕੋਆਪ ਵਰਕ ਪਰਮਿਟ ਦੇ ਰਿਲੇਟਡ ਚਾਹੀਦੀ ਹੋਏ, ਉਹ ਸਾਰੀਆਂ ਹੈਲਪ ਵਾਸਤੇ ਅਸੀਂ ਇਹ ਚੈਨਲ ਸ਼ੁਰੂ ਕੀਤਾ ਸੀ। हमारा विजन इस YouTube चैनल को लेकर बेसिकली ये है कि हम एक सीरीज बनाएं जिसमें हम ये सारे टॉपिक्स को कवर करें। वो जड़े टॉपिक्स होंगे असी ट्राई करांगे कि दो लैंग्वेजेस जिदा पंजाबी हिंदी असी ये दोनों लैंग्वेजेस दे विच इको वीडियो दे विच कंटिन्यू करिए ताकि ये सारे नु समझ आ सके। इहदे नाल नाल जो भी वीडियोस असी बनावांगे वो वीडियो दा एक पर्टिकुलर पर्पस होएगा, ਉਹਦੇ ਵਿੱਚ ਤੁਹਾਨੂੰ ਕੋਈ ਵੀ ਕੁਐਸਚਨ ਹੈ, ਤੁਸੀਂ ਸਾਡੇ ਤੋਂ ਕੋਈ ਕੁਐਸਚਨ ਜੋ ਰਿਲੇਟਿਡ ਹਾਊਸਿੰਗ ਦੇ ਰਿਲੇਟਿਡ ਹੋ ਸਕਦਾ, ਕੋਈ ਕੋਰਸ ਦੇ ਰਿਲੇਟਿਡ ਹੋ ਸਕਦਾ, ਕੋਈ ਅਸਾਈਨਮੈਂਟ ਹੈਲਪ, ਕੋਈ ਪ੍ਰੋਜੈਕਟ ਹੈਲਪ ਫੁੱਲ ਟਾਈਮ ਜੋਬ ਦੇ ਲਈ ਹੋ ਸਕਦਾ, ਸਾਰੇ ਕੁਐਸਚਨ ਦੇ ਆਨਸਰ ਅਸੀਂ ਦੇਵਾਂਗੇ ਆਪਣੇ ਇੰਸਟਾਗ੍ਰਾਮ ਚੈਨਲ ਦੇ ਉੱਤੇ। ਅਤੇ ਤੁਹਾਡੀ ਜੋ ਵੀ ਕੁਐਰੀ ਹੈ ਤੁਸੀਂ ਸਾਨੂੰ ਸਾਡੇ ਇੰਸਟਾਗ੍ਰਾਮ ਹੈਂਡਲਸ 'ਤੇ DM ਕਰ ਸਕਦੇ ਹੋ, ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕਿ ਉਹਦਾ ਬੈਸਟ ਪੋਸੀਬਲ ਸੋਲਿਊਸ਼ਨ ਤੁਹਾਨੂੰ ਪ੍ਰੋਵਾਈਡ ਕਰੀਏ। ਅਤੇ ਇਹ ਵੀਡੀਓ ਤਾਂ ਹੀ ਅਸੀਂ ਸ਼ਾਰਟ ਰੱਖਣਾ ਚਾਹੁੰਦੇ ਹਾਂ ਕਿਉਂਕਿ ਅਸੀਂ ਚਾਹੁੰਦੇ ਹਾਂ ਵੀ ਅਸੀਂ ਆਪਣਾ ਵਿਜ਼ਨ ਇਹ ਯੂਟਿਊਬ ਚੈਨਲ ਦਾ ਬਹੁਤ ਖੁੱਲ੍ਹੇ ਤਰੀਕੇ ਨਾਲ ਤੁਹਾਨੂੰ ਦੱਸੀਏ। ਤਾਂ ਅੱਜ ਮੈਂ ਖੁੱਲ੍ਹਾ ਸੱਦਾ ਦਿੰਦਾ ਸਾਰੇ ਉਹ ਸਟੂਡੈਂਟਸ ਨੂੰ ਜੋ ਕਿ ਅੱਗੇ ਬ੍ਰਿਟਿਸ਼ ਕੋਲੰਬੀਆ ਜਾਂ ਟੋਰੋਂਟੋ ਜਾਂ ਕੈਨੇਡਾ ਦੇ ਵਿੱਚ ਆਉਣਾ ਚਾਹੁੰਦੇ ਨੇ ਜਾਂ ਆਏ ਹੋਏ ਨੇ, ਤੁਹਾਨੂੰ ਕੋਈ ਵੀ ਡਿਫੀਕਲਟੀ ਅਗਰ ਮਹਿਸੂਸ ਹੁੰਦੀ ਹੈ ਤੁਸੀਂ ਪਲੀਜ਼ ਰੀਚ ਆਊਟ ਕਰੋ ਮੇਰੇ ਯੂਟਿਊਬ ਚੈਨਲ 'ਤੇ ਜਾਂ ਸਾਡੇ ਇੰਸਟਾਗ੍ਰਾਮ ਹੈਂਡਲ 'ਤੇ। ਤੁਹਾਨੂੰ ਕੋਈ ਵੀ ਕੁਐਸਚਨ ਹੈ, ਤੁਹਾਨੂੰ ਕਾਲਜ ਨਹੀਂ ਸਮਝ ਆ ਰਿਹਾ ਕਿਹੜਾ ਲੈਣਾ, ਤੁਹਾਨੂੰ ਸਮਝ ਨਹੀਂ ਆ ਰਿਹਾ ਕਿੱਦਾਂ ਕਿਸ ਕਾਲਜ ਦੇ ਕਿਹੜੇ ਕੋਰਸ ਵਿੱਚ ਜਾਣਾ ਚਾਹੀਦਾ, ਕੋਈ ਦੋ ਕਾਲਜਸ ਦਾ ਕੰਪੈਰੀਜ਼ਨ ਹੈ ਤੁਹਾਡੇ ਦਿਮਾਗ ਦੇ ਵਿੱਚ, ਕੋਈ ਦੋ ਕੋਰਸਿਸ ਦਾ ਕੰਪੈਰੀਜ਼ਨ ਹੈ ਤੁਹਾਡੇ ਦਿਮਾਗ ਦੇ ਵਿੱਚ, ਜਾਂ ਤੁਹਾਨੂੰ ਕੋਈ ਵੀ ਚੀਜ਼ ਤੋਂ ਪ੍ਰੋਬਲਮ ਹੋ ਰਹੀ ਹੈ, ਹਾਊਸਿੰਗ ਨਹੀਂ ਮਿਲ ਰਹੀ, ਰੂਮਮੇਟਸ ਨਹੀਂ ਮਿਲ ਰਹੇ, ਕਿਸੇ ਜਗ੍ਹਾ 'ਤੇ ਰਹਿਣ ਦੀ ਦਿੱਕਤ ਆ ਰਹੀ ਹੈ, ਜੇ ਕੋਈ ਵੀ ਦਿੱਕਤ ਆ ਰਹੀ ਹੈ ਜ਼ਰੂਰੀ ਨਹੀਂ ਹੈ ਅਸੀਂ ਉਹਨੂੰ ਸੋਲਵ ਕਰ ਸਕਦੇ ਹਾਂ, ਬਟ ਉਹ ਸੋਲਵ ਕਰਨ ਦਾ ਬਹੁਤ ਅੱਛਾ ਤਰੀਕਾ ਕੀ ਹੈ ਇਹ ਜ਼ਰੂਰ ਦੱਸ ਸਕਦੇ ਹਾਂ ਸਾਡੇ ਐਕਸਪੀਰੀਅੰਸ ਦੇ ਦੌਰਾਨ। ਅਤੇ ਸਾਡੀ ਨੈਕਸਟ ਵੀਡੀਓ ਇਸੇ ਟੌਪਿਕ ਦੇ ਉੱਤੇ ਹੈ ਕਿ ਅਸੀਂ ਕੋਆਪ ਅਤੇ ਫੁੱਲ ਟਾਈਮ ਜੋਬ ਕਿੱਦਾਂ ਲੈ ਸਕਦੇ ਹਾਂ ਇੱਥੇ। ਸਟੱਡੀਜ਼ ਦੇ ਇਲਾਵਾ ਵੀ ਅਗਰ ਤੁਹਾਡੀ ਕੋਈ ਵੀ ਕੁਐਰੀਜ਼ ਨੇ ਕੋਆਪ ਤੋਂ ਰਿਲੇਟਿਡ, ਜੋਬ ਤੋਂ ਰਿਲੇਟਿਡ ਜਾਂ ਕਿਸੇ ਵੀ ਹੋਰ ਚੀਜ਼ ਤੋਂ ਰਿਲੇਟਿਡ, ਪਲੀਜ਼ ਸਾਡੇ ਇੰਸਟਾਗ੍ਰਾਮ ਹੈਂਡਲਸ 'ਤੇ ਸਾਨੂੰ ਰੀਚ ਆਊਟ ਕਰੋ, ਅਸੀਂ ਤੁਹਾਡੀ ਮਦਦ ਕਰਨ ਦੀ ਜ਼ਰੂਰ ਕੋਸ਼ਿਸ਼ ਕਰਾਂਗੇ। ਸਾਡੀ ਨੈਕਸਟ ਵੀਡੀਓ ਦਾ ਟੌਪਿਕ ਜੋ ਇਸੇ ਸੀਰੀਜ਼ ਦੇ ਵਿੱਚ ਆਉਣ ਵਾਲਾ ਉਹ ਇਹ ਹੋਏਗਾ ਕਿ ਹਾਊ ਟੂ ਗੈਟ ਅ ਫੁੱਲ ਟਾਈਮ ਜੋਬ ਐਟ ਅ ਕੋਆਪ ਇਨ ਕੈਨੇਡਾ। ਅਤੇ ਇਸੇ ਦੇ ਨਾਲ ਨਾਲ ਅਸੀਂ ਇਹ ਵੀਡੀਓ ਖਤਮ ਕਰ ਰਹੇ ਹਾਂ ਅਤੇ ਅਸੀਂ ਹੋਪ ਕਰਦੇ ਹਾਂ ਕਿ ਕਿਸੇ ਵੀ ਸਟੂਡੈਂਟ ਨੂੰ ਅਗਰ ਕੋਈ ਵੀ ਪ੍ਰੋਬਲਮ ਹੈ ਅਸੀਂ ਉਹਨਾਂ ਦੀ ਹੈਲਪ ਕਰ ਸਕੀਏ, ਚਾਹੇ ਉਹ ਜੋਬ ਦੇ ਰਿਲੇਟਿਡ ਹੋਏ, ਚਾਹੇ ਉਹ ਸਟੱਡੀ ਦੇ ਰਿਲੇਟਿਡ ਹੋਏ, ਚਾਹੇ ਸਾਡੇ ਤੋਂ ਰੈਫਰਲ ਕਿਉਂ ਨਾ ਲੈਣਾ ਹੋਏ ਇੱਕ ਕੰਪਨੀ ਦੇ ਵਿੱਚ। ਸਾਡੇ ਆਪਣੇ ਫਰੈਂਡਸ ਬਹੁਤ ਜ਼ਿਆਦਾ ਅਲੱਗ ਅਲੱਗ ਕੰਪਨੀਜ਼ ਦੇ ਵਿੱਚ ਲੱਗੇ ਹੋਏ ਨੇ ਅਤੇ ਸਾਰੇ ਬਹੁਤ ਜ਼ਿਆਦਾ ਹੈਲਪਫੁੱਲ ਨੇ ਅਤੇ ਸਾਰੇ ਬਹੁਤ ਆਰਾਮ ਨਾਲ ਤੁਹਾਡਾ ਰੈਫਰਲ ਪਾਉਣ 'ਚ ਜ਼ਰੂਰ ਹੈਲਪ ਕਰਨਗੇ। ਜਿਹੜੇ ਲੋਕ ਮੈਨੂੰ ਲਿੰਕਡਇਨ 'ਤੇ ਮੈਸੇਜ ਕਰਦੇ ਨੇ ਉਹਨਾਂ ਸਾਰਿਆਂ ਨੂੰ ਪਤਾ ਹੈ ਕਿ ਮੈਂ ਕਿੱਦਾਂ ਵੱਧ ਚੜ੍ਹ ਕੇ ਤੁਹਾਡੇ ਸਾਰਿਆਂ ਦੀ ਹੈਲਪ ਕਰਦਾ ਰੈਫਰਲ ਪਾਉਣ ਵਾਸਤੇ ਅਤੇ ਬਾਕੀ ਲੋਕਾਂ ਨੂੰ ਰੀਚ ਆਊਟ ਕਰਦਾ ਤਾਂ ਕਿ ਤੁਹਾਡੀ ਹੈਲਪ ਕਰ ਸਕਣ। ਬਸ ਇਹੀ ਇੱਕ ਚੈਨਲ ਦਾ ਮੋਟਿਵ ਸੀ, ਅਸੀਂ ਇਹੀ ਮੋਟਿਵ ਤੁਹਾਨੂੰ ਕਲੀਅਰ ਕਰਨਾ ਸੀ ਕਿ ਅਸੀਂ ਤੁਹਾਡੇ ਲਈ ਹਾਂ ਜੇ ਤੁਸੀਂ ਇੱਥੇ ਨਵੇਂ ਆਉਣਾ ਜਾਂ ਤੁਸੀਂ ਆਲਰੇਡੀ ਆਏ ਹੋਏ ਹੋ ਤਾਂ ਪਲੀਜ਼ ਬਿਨਾਂ ਕਿਸੇ ਚੀਜ਼ ਤੋਂ ਸਾਨੂੰ ਇੰਸਟਾਗ੍ਰਾਮ 'ਤੇ ਮੈਸੇਜ ਕਰੋ ਤਾਂ ਕਿ ਅਸੀਂ ਉਹ ਚੀਜ਼ਾਂ ਦਾ ਹੱਲ ਕੱਢ ਸਕੀਏ, ਸੋਲਵ ਕਰ ਸਕੀਏ ਅਤੇ ਤੁਹਾਨੂੰ ਰਿਪਲਾਈ ਕਰ ਸਕੀਏ। ਇਹਦੇ ਨਾਲ ਇੱਕ ਹੋਰ ਚੀਜ਼, ਅਗਰ ਕਿਸੇ ਵੀ ਸਟੂਡੈਂਟ ਨੂੰ ਸਾਡੇ ਨਾਲ 1-to-1 ਕਾਲ ਕਰਨਾ ਹੈ ਆਪਣੀ ਕੋਈ ਵੀ ਪ੍ਰੋਬਲਮ ਡਿਸਕਸ ਕਰਨ ਵਾਸਤੇ ਇੱਥੇ ਆਉਣ ਤੋਂ ਰਿਲੇਟਿਡ ਜਾਂ ਇੱਥੇ ਆ ਚੁੱਕੇ ਨੇ ਉਸ ਤੋਂ ਬਾਅਦ ਅਤੇ ਅਸੀਂ ਉਹ ਵੀ ਕਰਨ ਨੂੰ ਤਿਆਰ ਹਾਂ, ਪਲੀਜ਼ ਸਾਨੂੰ ਰੀਚ ਆਊਟ ਕਰੋ।
ਸਾਡੇ ਇੰਸਟਾਗ੍ਰਾਮ ਹੈਂਡਲਸ ਤੁਹਾਨੂੰ ਕੋਨਸਟੈਂਟਲੀ ਫਲੈਸ਼ ਹੋ ਰਹੇ ਨੇ ਅਤੇ ਸਾਨੂੰ DM ਕਰੋ, ਸਾਨੂੰ ਮੈਸੇਜ ਪਾਓ ਕਿ ਤੁਹਾਨੂੰ ਕੀ ਪ੍ਰੋਬਲਮ ਹੈ ਅਤੇ ਅਸੀਂ ਉਹਨੂੰ ਕਿੱਦਾਂ ਸੋਲਵ ਕਰ ਸਕਦੇ ਹਾਂ। ਅਸੀਂ ਪੂਰੀ ਟਰਾਈ ਕਰਾਂਗੇ ਕਿ ਜਿੰਨੇ ਵੀ ਮੈਸੇਜਿਸ ਸਾਨੂੰ ਆਉਂਦੇ ਆ ਅਸੀਂ ਸਾਰਿਆਂ ਦੇ ਆਨਸਰ ਦੇ ਸਕੀਏ ਅਤੇ ਸਾਰਿਆਂ ਦੀ ਬਹੁਤ ਅੱਛੇ ਤਰੀਕੇ ਨਾਲ ਹੈਲਪ ਕਰ ਸਕੀਏ। ਇਸ ਤੋਂ ਇਲਾਵਾ ਤੁਹਾਨੂੰ ਅਗਰ ਕੋਈ ਵੀ ਟੋਪਿਕ ਦੇ ਉੱਤੇ ਵੀਡੀਓ ਚਾਹੀਦੀ ਹੈ ਤੁਸੀਂ ਉਹ ਵੀ ਸਾਨੂੰ ਤੁਹਾਡੇ ਇੰਸਟਾਗ੍ਰਾਮ ਦੇ ਉੱਤੇ ਦੱਸ ਸਕਦੇ ਹੋ। ਅਤੇ ਇਸੇ ਦੇ ਨਾਲ ਨਾਲ ਅਸੀਂ ਇਹ ਵੀਡੀਓ ਨੂੰ ਖਤਮ ਕਰਦੇ ਹਾਂ। ਬਾਏ ਬਾਏ, ਸੀ ਯੂ ਇਨ ਦਾ ਨੈਕਸਟ ਵੀਡੀਓ।